2025 ਦਾ ਕੇਂਦਰੀ ਬਜਟ ਪੇਸ਼ ਕੀਤਾ ਗਿਆ ਜਿਸ ਤੇ ਇੰਡਸਟਰੀ ਨੂੰ ਕਾਫੀ ਉਮੀਦਾਂ ਸੀ ਪਰ ਬਾਵਜੂਦ ਇਸ ਦੇ ਲੁਧਿਆਣਾ ਦੇ ਸਾਈਕਲ ਇੰਡਸਟਰੀ ਕਾਫੀ ਨਿਰਾਸ਼ ਨਜ਼ਰ ਆਈ। ਉਹਨਾਂ ਕਿਹਾ ਕਿ ਜਿੱਥੇ ਇੰਡਸਟਰੀ ਲਿਸਟਾਂ ਨੂੰ ਇਸ ਬਜਟ 'ਚ ਕੋਈ ਰਾਹਤ ਨਹੀਂ ਮਿਲੀ ਤਾਂ ਕੇਂਦਰ ਸਰਕਾਰ ਵੱਲੋਂ ਆਈਵੋਸ਼ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਉਹਨਾਂ ਸਾਈਕਲ ਟਰੈਕਟ ਸਮੇਤ ਜ਼ਿਕਰ ਕੀਤਾ ਕਿ ਜੇਕਰ ਕੋਈ ਫਾਇਦਾ ਮਿਲਿਆ ਤਾਂ ਬਿਹਾਰ ਅਤੇ ਯੂਪੀ ਨੂੰ ਮਿਲਿਆ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਸਰ ਕੀ ਨਾਮ ਹੈ? ਮੇਰਾ ਨਾਮ ਚਰਨਜੀਤ ਵਿਸ਼ਕਰਮਾ ਵਾ ਜੀ, ਅਤੇ ਮੈਂ ਛੋਟੀ ਜਿਹੀ MSME ਇੰਡਸਟਰੀ ਚਲਾ ਰਿਹਾ ਵਾਂ। ਅੱਜ ਬਜਟ ਦੇ ਵਿੱਚ ਸਾਨੂੰ ਬਹੁਤ ਉਮੀਦਾਂ ਸੀਗੀਆਂ। ਉਮੀਦਾਂ ਕਿਉਂ ਸੀਗੀਆਂ? ਵੀ ਜਿਹੜੇ ਸਾਡੇ ਵਿੱਤ ਮੰਤਰੀ ਜੀ ਹੈ, ਇਹ ਕੁਛ ਮੰਥ ਪਹਿਲਾਂ ਬਿਫੋਰ ਇਲੈਕਸ਼ਨ ਲੁਧਿਆਣੇ ਆਏ ਸੀਗੇ। ਇਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਸੀ ਵੀ ਤੁਹਾਨੂੰ ਜਿਹੜੀ 43B ਦੀ ਜਿਹੜੀ ਸਭ ਤੋਂ ਸਾਡੀ ਬੜੀ ਪ੍ਰੋਬਲਮ ਆ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ। ਅਸੀਂ ਇਹਨਾਂ ਨੂੰ ਬੜੇ ਵਿਸਤਾਰ ਨਾਲ ਦੱਸਿਆ ਸੀ ਵੀ ਸਾਡੀਆਂ 43B ਬੇਸ਼ੱਕ ਲਾਗੂ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਉਹਨੂੰ ਕੁਛ ਅਮੈਂਡਮੈਂਟ ਕਰਨ ਦੀ ਜ਼ਰੂਰਤ ਹੈਗੀ ਹੈ। ਅਤੇ ਇਹਨਾਂ ਨੂੰ ਅਸੀਂ ਪੂਰਾ ਪ੍ਰਪੋਜ਼ਲ ਬਣਾ ਕੇ ਦਿੱਤੀ ਸੀ ਵੀ ਇਹ ਅਮੈਂਡਮੈਂਟ ਸਾਡੀਆਂ ਤੁਸੀਂ ਕਰਵਾ ਕੇ ਦੇਵੋ ਤਾਂ ਕਿ ਜਿਹੜੀ MSME ਇੰਡਸਟਰੀ ਨੂੰ ਪ੍ਰੋਬਲਮ ਆ ਰਹੀ ਹੈ, ਮਨੀ ਕਰੰਚ ਆ ਰਿਹਾ ਵਾ ਵੀ ਲੋਕ ਮਟੀਰੀਅਲ, ਅਗਰ ਪਹਿਲਾਂ ਸਪੋਜ 10-100 ਸਾਈਕਲ ਦਾ ਸਾਨੂੰ ਲਿਖਾਉਂਦੇ ਸੀ ਲੋਟ, ਹੁਣ ਉਹ ਸਿਰਫ 10 ਸਾਈਕਲ ਦਾ ਲੋਟ ਲਿਖਾਉਣ ਲੱਗੇ ਉਹ, ਕਿਉਂਕਿ ਉਹ ਕਹਿੰਦੇ ਵੀ ਇਹ 10 ਵੇਚਾਂਗੇ ਅਤੇ ਵੇਚ ਕੇ ਪੈਸੇ ਆਉਣਗੇ ਤੁਹਾਨੂੰ ਦੇਵਾਂਗੇ ਅਸੀਂ ਹੋਰ ਮੰਗਾਵਾਂਗੇ। ਅੱਗੇ ਕੀ ਹੁੰਦਾ ਸੀ, ਅਗਲਾ ਕਹਿੰਦਾ 100 ਸਾਈਕਲ ਭੇਜ ਦਿਉ, 200 ਸਾਈਕਲ ਭੇਜ ਦਿਉ। ਸੋ ਇਹਦੇ ਨਾਲ ਜਿਹੜਾ ਕੈਸ਼ ਫਲੋ ਦੇ ਵਿੱਚ ਸਾਨੂੰ ਬਹੁਤ ਦਿੱਕਤ ਆ ਰਹੀ ਹੈ। ਸੋ ਇੱਕ 50 ਕਰੋੜ ਦੀ ਜਿਹੜੀ ਇਹਨਾਂ ਨੇ ਕੈਪ ਲਗਾਈ ਵੀ 50 ਕਰੋੜ ਦੇ ਵਿੱਚ ਇਹ ਬੰਦੇ ਫਾਲ ਨਹੀਂ ਕਰਦੇ, ਅਸੀਂ ਉਹ ਵੀ ਗਵਰਨਮੈਂਟ ਨੂੰ ਕਿਹਾ ਵੀ 50 ਕਰੋੜ ਦੀ ਜਿਹੜੀ ਟਰਮ ਆ ਉਹ ਖਤਮ ਕੀਤੀ ਜਾਵੇ ਔਰ ਇੰਪੋਰਟ ਬਾਰੇ ਵੀ ਕੁਛ ਵਿੱਚ ਲਗਾਇਆ ਜਾਵੇ। ਸੋ ਇਸ ਬਜਟ ਦੇ ਵਿੱਚ ਸਾਨੂੰ ਉਮੀਦ ਸੀ ਵੀ ਕੁਛ ਕੀਤਾ ਜਾਊਗਾ, ਕਿਉਂਕਿ ਅਸੀਂ ਮਤਲਬ ਬਿਲਕੁਲ ਆਹਮਣੇ ਸਾਹਮਣੇ ਉਹ ਵਿੱਤ ਮੰਤਰੀ ਜੀ ਨਾਲ ਗੱਲ ਕੀਤੀ ਸੀ, ਪਰ ਬਜਟ ਦੇ ਵਿੱਚ ਜੋ ਸਾਡੀ ਜੋ ਅਸੀਂ ਪ੍ਰਪੋਜ਼ਲ ਦਿੱਤੀ ਸੀ ਬਿਲਕੁਲ ਉਹਨਾਂ ਨੇ ਨਹੀਂ ਸੁਣੀ। ਸੋ MSME ਨੂੰ ਇਹਨਾਂ ਨੇ ਬਿਲਕੁਲ ਇਗਨੋਰ ਕੀਤਾ ਗਿਆ ਵਾ। ਕੁਛ ਗੱਲਾਂ MSME ਦੇ ਵਿੱਚ ਇਹਨਾਂ ਨੇ ਕੀਤੀਆਂ ਜਿੱਦਾਂ ਕਿ ਬੈਂਕ ਲੋਨ ਲੈਣਾ, ਉਹਦੇ ਕਲੈਕਟਰ ਸਕਿਉਰਟੀ ਬਾਰੇ, ਕਲੈਕਟਰ ਸਕਿਉਰਟੀ ਦੀ ਜਿਹੜੀ ਸਕੀਮ ਚੱਲਦੀ ਆ ਰਹੀ ਹੈ ਪਰ ਬੈਂਕ ਸਾਨੂੰ ਕਲੈਕਟਰ ਵਿਦਆਊਟ ਕਲੈਕਟਰ ਸਕਿਉਰਟੀ ਕੋਈ ਸਾਨੂੰ ਫੰਡ ਨਹੀਂ ਦਿੰਦਾ। ਸੋ ਇਹ ਬਜਟ ਦੇ ਵਿੱਚ ਜਿੱਦਾਂ ਸਾਨੂੰ ਉਮੀਦਾਂ ਸੀਗੀਆਂ ਸਾਡੀ MSME ਇੰਡਸਟਰੀ ਨੂੰ, ਬਿਲਕੁਲ ਉਹ ਖਰੀਆਂ ਨਹੀਂ ਉੱਟੀਆਂ ਉਤਰੀਆਂ। ਔਰ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਦਿੱਕਤ ਉਹ ਆ ਰਹੀ ਸੀ ਇੰਪੋਰਟ ਵਿੱਚ, ਜਿਹੜਾ ਆਈਟਮਾਂ ਸੀ ਮੇਕ ਇਨ ਇੰਡੀਆ ਦੇ ਵਿੱਚ ਇੱਥੇ ਲੁਧਿਆਣੇ ਬਣਾ ਲਈਆਂ ਸੀ, ਜਿਹੜੀਆਂ ਬਾਹਰੋਂ ਇੰਪੋਰਟ ਹੋ ਰਹੀਆਂ ਸੀਗੀਆਂ। ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਉਹ ਆਈਟਮਾਂ ਦੇ ਉੱਪਰ ਜਾਂ ਤਾਂ ਡਿਊਟੀ ਵਧਾਓ ਜਾਂ ਉਹ ਆਈਟਮਾਂ ਨੂੰ ਮਤਲਬ ਬੈਨ ਤਾਂ ਨਹੀਂ ਕਰ ਸਕਦੇ, ਉਹਦੀ ਡਿਊਟੀ ਵਧਾਓ ਤਾਂ ਕਿ ਜਿਹੜੀ ਇੱਥੇ ਜਿਨ੍ਹਾਂ ਨੇ ਅਸੀਂ ਆਈਟਮਾਂ ਬਣਾ ਲਈਆਂ ਉਹ ਹੁਣ ਆਈਟਮਾਂ ਉਹ ਇੱਥੇ ਬਣ ਗਈਆਂ, ਚਾਈਨਾ ਤੋਂ ਆਈਟਮ ਫਿਰ ਸਸਤੀਆਂ ਆ ਰਹੀਆਂ, ਉੱਥੇ ਲੋਕ ਮੇਕ ਇਨ ਇੰਡੀਆ ਦੇ ਵੀ ਇੱਥੇ ਬਣਾਉਣ ਦਾ ਕੀ ਫਾਇਦਾ ਹੋਇਆ। ਸੋ ਸਾਡਾ ਇਸ ਬਜਟ ਦੇ ਵਿੱਚ ਬਿਲਕੁਲ ਅਸੀਂ ਬਹੁਤ ਨਿਰਾਸ਼ ਹੈਗੇ ਹਾਂ। ਸਾਨੂੰ ਉਮੀਦ ਜਿੱਦਾਂ ਸੀਗੀ ਉਹ ਬਿਲਕੁਲ ਇਸ ਬਜਟ ਉਹਦੇ ਉੱਪਰ ਪੂਰਾ ਨਹੀਂ ਉਤਰਿਆ, ਮਤਲਬ ਨਿਰਾਸ਼ਾਪੂਰਨ ਰਿਹਾ, ਪੂਰਾ ਨਿਰਾਸ਼ਾਪੂਰਨ ਬਜਟ ਹੈਗਾ ਜੀ। ਬਿਲਕੁਲ ਅਸੀਂ ਬੜੇ ਅਫਸਰ ਦੇ ਬਾਵਜੂਦ ਵੀ ਜਿਹੜੇ ਨੇ ਬਿਲਕੁਲ ਅਸੀਂ ਆਹਮਣੋ ਸਾਹਮਣੇ ਫਾਈਨਾਂਸ ਮੰਤਰੀ ਜੀ ਨਾਲ ਸਾਹਮਣੇ ਬੈਠ ਕੇ ਮੀਟਿੰਗ ਕੀਤੀ, ਸਾਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੋਇਆ। ਜਰਜੀਤ ਸਿੰਘ ਨਵਜੋਗ, ਐਕਸ ਪ੍ਰੈਜ਼ੀਡੈਂਟ ਯੂਨਾਈਟਡ ਸਾਈਕਲ ਪਾਰਟਸ ਮੈਨੂਫੈਕਚਰਰ। ਅੱਜ ਕਿਵੇਂ ਦੇਖਦੇ ਹੋ? ਅੱਜ ਦਾ ਜਿਹੜਾ ਬਜਟ ਹੈ ਇਹ ਸਾਡੀ ਪੰਜਾਬ ਨੂੰ ਅਤੇ ਸਾਈਕਲ ਇੰਡਸਟਰੀ ਨੂੰ ਤਾਂ ਬਹੁਤ ਹੀ ਨਿਰਾਸ਼ਾਜਨਕ ਇਹ ਹੈਗਾ ਰਿਹਾ। ਔਰ ਜਿਹੜਾ ਕਿ ਅਸੀਂ ਡਿਮਾਂਡ ਕੀਤੀ ਸੀ, ਸਾਡਾ ਮੇਨ ਮੁੱਦਾ ਜਿਹੜਾ ਸੀਗਾ 43B ਦਾ ਸੀਗਾ। ਇੱਕ ਅਸੀਂ ਨਵੀਂ ਡਿਵੈਲਪਮੈਂਟ ਕਰਨ ਲਈ ਜਿਹੜਾ ਕਿ ਅਸੀਂ ਵਿਦਆਊਟ ਇੰਟਰਸਟ ਲੋਨ ਮੰਗਦੇ ਸੀ, ਉਹ ਵੀ ਸਾਡਾ ਇਹਨਾਂ ਨੇ ਬੰਦ ਕਰਤਾ, ਉਹਦੇ ਲਈ ਵੀ ਸਾਨੂੰ ਕੋਈ ਦਿੱਤਾ ਨਹੀਂ ਇਹਨਾਂ ਨੇ। ਔਰ ਸੈਕਿੰਡ, ਅਸੀਂ ਜਿਹੜਾ ਸਾਈਕਲ ਇਨਫਰਾਸਟ੍ਰਕਚਰ ਲਈ ਰੋਡਸ ਦੇ ਨਾਲ ਅਸੀਂ ਮੰਗੀਆਂ ਸੀ ਵੀ ਸਾਈਕਲ ਲਈ ਅਲੱਗ ਲੇਨਸ ਚਾਹੀਦੀਆਂ ਸਾਨੂੰ, ਉਹ ਵੀ ਕੋਈ ਪ੍ਰੋਵੀਜ਼ਨ ਨਹੀਂ ਇਹਨਾਂ ਨੇ ਰੱਖਿਆ ਇਹ ਬਜਟ 'ਚ। ਔਰ ਜਿਹੜਾ ਕਿ ਸਾਈਕਲ ਪੋਲਿਊਸ਼ਨ ਬਗੈਰ ਚੱਲਦਾ ਆ, ਔਰ ਅੱਜ ਜਿਹੜਾ ਇਹਨਾਂ ਨੇ ਈ ਬਾਈਕ ਕੱਢੀਆਂ ਆ ਉਹਨਾਂ 'ਤੇ ਇੰਨੀ ਸਬਸਿਡੀ ਆ, ਔਰ ਸਾਨੂੰ ਇੱਕ ਸਾਈਕਲ 'ਤੇ ਕੋਈ ਸਬਸਿਡੀ ਨਹੀਂ ਹੈਗੀ। ਔਰ ਅਸੀਂ ਤਾਂ ਸਿਰਫ ਇਹੀ ਮੰਗਿਆ ਸਾਨੂੰ ਰੋਡਸ ਇਹਦੇ ਦਿੱਤੀਆਂ ਸਾਈਕਲ ਬਣਾਉਣ ਲਈ, ਉਹਦੇ ਲਈ ਵੀ ਕੋਈ ਇਹਨਾਂ ਨੇ ਖਾਸ ਬਜਟ ਨਹੀਂ ਰੱਖਿਆ। ਅੱਜ ਸਾਡਾ ਜਿਹੜਾ ਪੰਜਾਬ ਦਾ ਜੇ ਦੇਖੀਏ, ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ ਇਹਦੇ 'ਚ।
ਕੋਈ ਬਜਟ ਦਾ ਕੋਈ ਸਮਾਲ ਸਕੇਲ ਇੰਡਸਟਰੀ ਨੂੰ ਨਹੀਂ ਫਾਇਦਾ ਹੋਇਆ, ਛੋਟੀ ਇੰਡਸਟਰੀ ਉੱਥੇ ਹੀ ਆ, ਕੋਈ ਲੋਨ ਜਿਹੜੇ ਪਹਿਲਾਂ ਸੀਗੇ ਉਹੀ ਨਹੀਂ ਮਿਲਦੇ, ਜਿਹੜੇ ਕਿ ਬੈਂਕਾਂ ਉਹ ਦੇਣਦੀਆਂ ਨਹੀਂ ਪਈਆਂ ਛੋਟੀ ਇੰਡਸਟਰੀ ਨੂੰ। ਅਤੇ ਅੱਜ ਜਿਹੜੀ ਇਹ ਬੜੀ ਸੋਚਣ ਦੀ ਗੱਲ ਆ ਗੌਰਮੈਂਟ ਲਈ ਵੀ, ਜੇ ਪੰਜਾਬ ਨੂੰ ਤਰੱਕੀ ਨਹੀਂ ਦਿੱਤੀ ਤਾਂ ਇੱਥੇ ਐੱਮ ਐੱਸ ਸੀ ਐੱਮ ਈ ਜਿਹੜੇ ਯੂਨਿਟ ਹੈਗੇ ਸਾਰੇ ਬੰਦ ਹੋ ਜਾਣਗੇ। ਤਾਂ ਲੱਗਦਾ ਕਿ ਐੱਮ ਐੱਸ ਸੀ ਐੱਮ ਈ ਜਿਹਨੂੰ ਰੀੜ ਦੀ ਹੱਡੀ ਕਿਹਾ ਜਾਂਦਾ ਵੀ ਪੰਜਾਬ ਨੂੰ ਵੱਡੀ ਜਿਹੜਾ ਵਾ ਜੀ ਡੀ ਪੀ ਦੇ ਵਿੱਚ ਮਦਦ, ਇਹ ਬਹੁਤ ਹੀ ਨਿਰਾਸ਼ਾਜਨਕ ਆ। ਔਰ ਇਹ ਸਾਨੂੰ ਐੱਮ ਐੱਸ ਸੀ ਲਈ ਕੁਛ ਸਪੈਸ਼ਲ ਵਿਦਆਊਟ ਇੰਟਰਸਟ ਲੋਨ ਰੱਖਣੇ ਚਾਹੀਦੇ ਸੀ ਜਿਹੜੇ ਕਿ ਇਹਨੇ ਰੱਖੇ ਨਹੀਂ ਗਏ, ਔਰ ਨਿਰਾਸ਼ਾਜਨਕ ਹੀ ਆ ਸਾਡਾ ਇਹ ਬਜਟ ਜਿਹੜਾ ਸਮਾਲ ਸਕੇਲ ਇੰਡਸਟਰੀ ਲਈ ਆ, ਔਰ ਸਾਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ ਇਹਦਾ। ਉਹ ਖਾਸ ਕਰਕੇ ਪੰਜਾਬ ਨੂੰ ਵੀ ਕੋਈ ਜੇ ਆਪਾਂ ਦੇਖੀਏ ਤਾਂ ਪੰਜਾਬ ਨੂੰ ਵੀ ਨਹੀਂ ਫਾਇਦਾ ਹੋਇਆ, ਜਿਹੜਾ ਕਿ ਅੱਜ ਫਾਇਦਾ ਲੈ ਗਏ ਆ ਬਿਹਾਰ ਔਰ ਕਰਨਾਟਕਾ ਲੈ ਗਏ ਸਾਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਜੀਤ ਸਿੰਘ ਲੱਕੀ, ਪ੍ਰੈਜ਼ੀਡੈਂਟ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ। ਸਰ, ਕਿਸ ਤਰ੍ਹਾਂ ਰਿਹਾ ਬਜਟ ਅੱਜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਵਾ, ਕਿੰਨਾ ਕੁ ਲੱਗਦਾ ਵੀ ਜਿਹੜਾ ਇੰਡਸਟਰੀ ਨੂੰ ਬੈਨੀਫਿਟ ਮਿਲੂਗਾ, ਜਿਹੜੀਆਂ ਉਮੀਦਾਂ ਸੀਗੀਆਂ ਕਿੰਨਾ ਕੁ ਉਮੀਦਾਂ ਦੇ ਖਰਾ ਉਤਰਿਆ? ਟੋਟਲ ਨਿਰਾਸ਼ਾ ਹੈ ਜੀ, ਐੱਮ ਐੱਸ ਐੱਮ ਈ ਲਈ ਕੁਛ ਵੀ ਨਹੀਂ ਕਰਕੇ ਦਿਖਾਇਆ। ਆਈ ਵਾਸ਼ ਨੇ ਜੀ 100 ਕਰੋੜ ਦੀ ਤੁਹਾਨੂੰ ਲਿਮਿਟ ਲਈ ਪਰਮਿਸ਼ਨ ਦੇ ਦਿੱਤੀ। ਸਰ, 100 ਕਰੋੜ ਦੀ ਕਲੈਕਟਰ ਸਿਕਿਉਰਿਟੀ ਕਿੱਥੋਂ ਲੈ ਕੇ ਆਏ ਐੱਮ ਐੱਸ ਐੱਮ ਈ ਵਾਲਾ? ਤੁਸੀਂ ਇਹ ਦੱਸੋ ਨਾ, ਬੈਂਕ ਕੋਲ ਜਾਂਦੇ ਹੋ, ਬੈਂਕ ਤਾਂ ਕਹਿੰਦਾ ਸਾਨੂੰ ਕਲੈਕਟਰ ਸਿਕਿਉਰਿਟੀ ਦਿਓ 120%, 150%, ਸਰ ਕਿੱਥੋਂ ਲੈ ਕੇ ਆਈਏ? ਕਿੱਥੇ ਰਿਆਇਤਾਂ ਦਿੱਤੀਆਂ ਸਰ, ਕਿਹੜੇ ਪਾਸੇ ਸਾਨੂੰ ਰੇਟ ਆਫ ਇੰਟਰਸਟ ਰਿਆਇਤਾਂ ਦਿੱਤੀਆਂ? ਕਿੱਥੇ ਅਪਗ੍ਰੇਡੇਸ਼ਨ ਆਫ ਮਸ਼ੀਨਰੀ ਬਾਰੇ ਕਿਹਾ ਗਿਆ? ਕਿੱਥੇ 43 BH ਬਾਰੇ ਜੇ ਪ੍ਰੋਮਿਸ ਕਰਕੇ ਗਈ ਸੀ ਸਰਕਾਰ, ਕਿਹੜੇ ਪਾਸੇ ਗੱਲ ਕੀਤੀ ਗਈ? ਸਰ, ਛੋਟੀ ਇੰਡਸਟਰੀ ਤੋਂ ਬਿਨਾਂ ਦੇਸ਼ ਦੇ ਵਿੱਚ ਖੁਸ਼ਹਾਲੀ ਨਹੀਂ ਆਉਣੀ। ਛੋਟੇ ਬੰਦੇ ਨਾਲ ਹੀ ਸਰਕਾਰ ਚੱਲਦੀ, ਛੋਟੇ ਬੰਦੇ ਨਾਲ ਦੇਸ਼ ਚੱਲਦਾ। ਔਰ ਇੰਪਲੋਇਮੈਂਟ ਡਾਇਰੈਕਟਲੀ 5 ਲੱਖ ਇੰਪਲੋਇਮੈਂਟ ਘੱਟ ਤੋਂ ਘੱਟ ਬਾਈਸਾਈਕਲ ਇੰਡਸਟਰੀ ਦਿੰਦੀ ਹੈ। ਤੁਸੀਂ ਇਹ ਦੇਖੋ ਕਿੰਨੀ ਵੱਡੀ ਤਾਦਾਦ ਹੈ। ਔਰ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਵੀ ਸਾਡੀ ਕੰਟਰੀ ਇੰਪੋਰਟ ਬੇਸ ਨੇਸ਼ਨ ਹੈ, ਕਿੰਨਾ ਫਿਊਲ ਬਾਹਰੋਂ ਆਉਂਦਾ। ਜੇ ਸਾਈਕਲਿੰਗ ਪ੍ਰਮੋਟ ਕਰੀਏ, ਸਾਈਕਲਿੰਗ ਟਰੈਕ ਬਣਾਈਏ, ਵਧੀਆ ਸਾਈਕਲ ਬਣਾਈਏ, ਵਧੀਆ ਟੈਕਨੋਲੋਜੀ ਬਾਹਰੋਂ ਲੈ ਕੇ ਆਈਏ, ਤਾਂ ਕਿੰਨਾ ਫਿਊਲ ਬਚਦਾ, ਕਿੰਨੀ ਨੋਇਜ਼ ਪੋਲਿਊਸ਼ਨ, ਏਅਰ ਪੋਲਿਊਸ਼ਨ ਬਚਦੀ ਹੈ, ਔਰ ਸਿਹਤ ਕਿੰਨੀ ਵਧੀਆ ਰਹਿੰਦੀ। ਇਹ ਸਿਖਾਉਣ ਦਾ ਕੰਮ ਕਹਿੰਦਾ ਸਰਕਾਰ ਦਾ ਕੀ? ਉਹਨਾਂ ਨੇ ਸਾਡੇ ਇਸ ਬਜਟ 'ਚ ਕੀਤਾ ਤੁਹਾਡੇ ਸਾਹਮਣੇ ਹੀ ਦੇਖ। 43 BH ਨੂੰ ਲੈ ਕੇ ਵੱਡੀ ਮੰਗ ਕੀਤੀ, 43 BH ਦਾ ਬਹੁਤ ਵੱਡੀ ਸਾਨੂੰ ਸਰ ਉਮੀਦ ਸੀ, ਬਿਕੋਜ਼ 43 BH ਜਿਹੜਾ ਕਾਨੂੰਨ ਹੈ ਅਸੀਂ ਖਤਮ ਕਰਨ ਲਈ ਬਿਲਕੁਲ ਨਹੀਂ ਕਹਿੰਦੇ ਸੀ, ਰੈਕਟੀਫਿਕੇਸ਼ਨ ਲਈ ਕਹਿੰਦੇ ਸੀ ਵੀ ਇਹਦੇ ਸਾਈਕਲ ਕੁਛ ਇੰਕਰੀਜ਼ ਕੀਤਾ ਜਾਏ। ਇਹਦੇ ਵਿੱਚ ਜਿਹਨਾਂ ਨੂੰ ਛੱਡਿਆ ਗਿਆ, ਜਿਹਨੂੰ ਮੀਡੀਅਮ ਸਕੇਲ, ਲਾਰਜ ਸਕੇਲ ਔਰ ਟ੍ਰੇਡਰ ਨੂੰ ਖਾਸ ਤੌਰ 'ਤੇ, ਸਰ ਟ੍ਰੇਡਰ ਨੂੰ ਛੱਡਣ ਦਾ ਮਤਲਬ ਇਹ ਹੈ ਵੀ ਜਿਹੜਾ ਇੰਪੋਰਟਰ ਹੈ ਉਹ ਵੀ ਟ੍ਰੇਡਰ ਹੀ ਹੈ, ਉਹਨੇ ਇੱਥੇ ਆ ਕੇ ਮਾਲ ਵੇਚਣਾ, ਉਹਨੇ ਅਸੈਂਬਲਰਾਂ ਨੂੰ ਮਾਲ ਵੇਚ ਦੇਣਾ, ਇਹਦਾ ਮਤਲਬ ਉਹਦਾ ਮਾਲ ਵਿਕੇਗਾ। ਔਰ ਉਸ ਤੋਂ ਬਾਅਦ ਜੇ ਉਹਦਾ ਮਾਲ ਵਿਕੇਗਾ ਇੱਥੇ ਮੇਕ ਇਨ ਇੰਡੀਆ ਕਿੱਥੇ ਗਿਆ? ਮੋਦੀ ਸਾਹਿਬ ਦਾ ਸੁਪਨਾ, ਸਾਡੀਆਂ ਇੰਡਸਟਰੀਆਂ ਤਾਲੇ ਲੱਗ ਜਾਣਗੇ। ਤਾਂ ਸਰ, ਇਹ ਚੀਜ਼ਾਂ ਦਾ ਕਿੱਥੇ ਧਿਆਨ ਦਿੱਤਾ ਗਿਆ? ਇਹ ਕਿਹਾ ਸੀ ਵੀ ਇਹਨੂੰ ਆ ਕੇ ਰੈਕਟੀਫਿਕੇਸ਼ਨ ਕਰੋ, ਸਾਨੂੰ ਬੁਲਾਓ, ਅਸੀਂ ਤੁਹਾਨੂੰ ਦੱਸਦੇ ਹਾਂ, ਉਦੋਂ ਸਾਨੂੰ ਓਕੇ ਕਰਕੇ ਗਏ ਨੇ, ਅੱਜ ਤੁਹਾਡੇ ਸਾਹਮਣੇ ਇਹ ਕੋਈ ਗੱਲਬਾਤ ਨਹੀਂ। ਵੱਡੀ ਨਿਰਾਸ਼ਾ, ਬਹੁਤ ਯਾਰ, ਇਸ ਤਰ੍ਹਾਂ ਬਹੁਤ ਉਮੀਦਾਂ ਸੀਗੀਆਂ ਕਿਉਂਕਿ ਅਸੀਂ ਹਮੇਸ਼ਾ ਮੋਦੀ ਸਾਹਿਬ ਅਤੇ ਉਹਨਾਂ ਦੀ ਸਰਕਾਰ 'ਤੇ ਹਮੇਸ਼ਾ ਭਰੋਸਾ ਦਿੰਦੇ ਹਾਂ, ਰੱਖਦੇ ਸੀ, ਬਿਕੋਜ਼ ਨੇਸ਼ਨ ਦੇ ਨਾਲ ਪਹਿਲੇ ਚੱਲਦੇ ਹਾਂ, ਸਾਡੇ ਦੀ ਸਭ ਤੋਂ ਪਹਿਲੇ ਨੇਸ਼ਨ ਹੈ। ਲੇਕਿਨ ਨੇਸ਼ਨ ਗੌਰਮੈਂਟ ਨੂੰ ਵੀ ਪੰਜਾਬ ਬਾਰੇ ਸੋਚਣਾ ਚਾਹੀਦਾ, ਔਰ ਬਹੁਤ ਵੱਡੀ ਨਿਰਾਸ਼ਾ।